ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਲੋਬੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਤੁਹਾਨੂੰ ਥੰਬਨੇਲ ਤੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਇਟਲੀ ਦੇ ਜਿਹੜੇ ਪੇਪਰ ਓਪਨ ਹੋਣੇ ਆ 2023 ਦੇ ਵਿੱਚ 27 ਮਾਰਚ ਨੂੰ ਜਿਹੜੇ ਪੇਪਰ ਓਪਨ ਹੋਣੇ ਆ 9 ਵਜੇ ਦਾ ਜਿਹੜਾ ਸਵੇਰ ਦਾ ਟਾਈਮ ਆ ਉਹ ਪੇਪਰ ਜਿਹੜੇ ਓਪਨ ਹੋਣੇ ਆ ਉਹਨਾਂ ਦੇ ਭਰਨ ਤੇ ਕਿੰਨਾ ਖਰਚਾ ਆਉਂਦਾ ਵਾ ਕੀ ਇਹ ਕਿੰਨਾ ਖਰਚਾ ਆਊਗਾ ਕਿੰਨਾ ਕਿਹੜਾ ਜਿਹੜਾ ਨਾਰਮਲ ਖਰਚਾ ਉਹ ਕਿੰਨਾ ਗਵਾ ਠੀਕ ਹੈ ਜੀ ਤੇ ਕੀ ਹਸਤਾਬ ਆ ਬਿਆ ਕਿਹੜੇ ਪੇਪਰ ਸਹੀ ਰਹਿਣਗੇ ਆਪਾਂ ਇਹ ਸਾਰਾ ਕੁਝ ਆਪਾਂ ਇਸ ਵੀਡੀਓ ਵਿੱਚ ਦੱਸਾਂਗੇ ਤੇ ਜਿਆਦਾ ਜਰ ਨਾਲ ਆਂਦੇ ਇਹ ਵੀਡੀਓ ਕਰਦੇ ਹਾਂ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਜੂਰ ਕਹਾਂਗਾ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਾਓ ਤੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਿਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਕਾ ਸਕੋ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਇੰਸਟਾਗ੍ਰam ਆਈਡੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਕੋਈ ਵੀ ਇਨਫੋਰਮੇਸ਼ਨ ਆ ਜਾਂਦਾ ਪੇਪਰਾਂ ਬਾਰੇ ਇਟਲੀ ਦੇ ਪੇਪਰਾਂ ਬਾਰੇ ਤੁਸੀਂ ਸਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਹੋ ਜੇ ਪਤਾ ਹੋ ਜਵਾਬ ਜਰੂਰ ਦਵਾਂਗੇ ਲੋ ਵੀ ਫਿਰ ਕਰਦੇ ਆ ਵੀਡੀਓ ਸਟਾਰ ਇਹ ਵੀਡੀਓ ਮੈਂ ਤਾਮਨਾਵਾਂ ਲੱਗਾਂ ਕਿ ਕਿ ਬਹੁਤ ਸਾਰੇ ਵਿਆਹਪਰਾਵਾਂ ਦੇ ਮੈਨੂੰ ਮੈਸੇਜ ਆ ਰਹੇ ਪਿੱਛੇ ਮੈਂ ਦੋ ਤਿੰਨ ਵੀਡੀਓ ਅਪਲੋਡ ਕੀਤੀਆਂ ਸੀ ਤੇ ਵਿਆਹਪਰਾਵਾਂ ਦੇ ਹੋਏ ਮੈਸੇਜ ਆ ਰਹੇ ਸੀ ਕਿ ਕਿੰਨਾ ਐਡਾ ਖਰਚਾ ਵਾ ਉਹ ਆਉਣਾ ਵਾ ਕਿੰਨੇ ਪਹਿਜੜ ਸਹੀ ਜੇ ਆ ਜਿਹੜੇ ਜਾਇਜ਼ ਪੈਸੇ ਆ ਉਹ ਕਿੰਨੇ ਆ ਠੀਕ ਆ ਜਦੋਂ ਕੋਈ ਵੀਡੀਓ ਅਪਲੋਡ ਕਰੀਦੀ ਹੁਣ ਤੇ ਉਦੋਂ ਹੀ ਮੈਨੂੰ ਇਹ ਕਮੈਂਟ ਸਭ ਤੋਂ ਜ਼ਿਆਦਾ ਆਉਂਦੇ ਆ ਕਿ ਜਿਹੜੇ ਬਿੜਾ ਖਰਚਾ ਕਿੰਨਾ ਕੋਣਾ ਵਾ ਮੈਨੂੰ ਸਪੈਸ਼ਲੀ ਪਰਸਨਲ ਮੈਸੇਜ ਵੀ ਆਇਆ ਇੰਸਟਾਗ੍ਰam ਦੇ ਉੱਤੇ ਇੰਸਟਾਗ੍ਰam ਤਾਂ ਵੀਰਾ ਭਰਾਵਾਂ ਨੇ ਪੁੱਛਿਆ ਤੇ ਮੈਂ ਸੋਚਿਆ ਵੀ ਚਲੋ ਇਸ ਤੇ ਵੀਡੀਓ ਬਣਾ ਕੇ ਤੇ ਵੀਰਾ ਭਰਾਵਾਂ ਦੇ ਜਵਾਬ ਦਿੱਤੇ ਜਾਣ ਇਸ ਇਹ ਜਿਹੜਾ ਟੌਪਿਕ ਹੈ ਇਸ ਦੇ ਠੀਕ ਹੈ ਲਓ ਵੀ ਫਿਰ ਕਰਦੇ ਆ ਵੀਡੀਓ ਸਟਾਰਟ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਤਾਂ ਜੋ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਪਤਾ ਲੱਗ ਸਕੇ ਠੀਕ ਹੈ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਕਿਉਂਕਿ ਜੇਕਰ ਤੁਸੀਂ ਸਕਿੱਪ ਕਰਦੇ ਜੇ ਬਾਅਦ ਵਿੱਚ ਤੁਹਾਡੀ ਇਹਦੀ ਆ ਵੀਡੀਓ ਉਹ ਤੁਹਾਨੂੰ ਸਮਝ ਨਹੀਂ ਆਈ ਤੇ ਬਾਅਦ ਵਿੱਚ ਤੁਸੀਂ ਫਿਰ ਕਹਿ ਰਹੇ ਜਿਵੇਂ ਗਲਤ ਵੀਡੀਓ ਬਣਾਈ ਹੈ ਠੀਕ ਹੈ ਵੀਡੀਓ ਨੂੰ ਸ਼ੁਰੂ ਲੋ ਵੀ ਫਿਰ ਕਰਦੇ ਆ ਵੀਡੀਓ ਸਟਾਰਟ ਲੋ ਵੀ ਸਭ ਤੋਂ ਪਹਿਲਾਂ ਵਰਤਦੇ ਗੱਲ ਹੈਗੀ ਆ ਕਿ ਜਿਹੜੇ ਪੇਪਰ ਆ ਉਹ ਪੇਪਰ ਭੜੇ ਕਿਹੜੇ ਹਿਸਾਬ ਨਾਲ ਜਾਣੇ ਆ ਠੀਕ ਹੈ ਪੇਪਰ ਇਦਾਂ ਵਾ ਕਿ 9 ਮਨთ ਤੁਹਾਡੇ ਪੇਪਰਾਂ ਤੁਸੀਂ ਗੱਲ ਕਰਨੀ ਆ ਆਪਣੇ ਮਾਲਕ ਦੇ ਨਾਲ ਠੀਕ ਹੈ 9 ਮਨთ ਵਾਲੇ ਵੀ ਪੇਪਰ ਜਿਆਦੇ ਨਿਕਲਦੇ ਆ ਜਿਆਦੇ ਖੋਲਦੇ ਵੀ ਉਹ ਆ ਸਾਰਾ ਵਾਲੇ ਪੇਪਰ ਖੋਲਦੇ ਆ ਪਟ ਘਟ ਖੋਲਦੇ ਆ ਉਹ ਪੇਪਰ ਨਿਕਲਦੇ ਵੀ ਘਟ ਵਾ ਜਿਹੜੇ 9 ਮਨთ ਵਾਲੇ ਪੇਪਰ ਆ ਉਹ ਜਿਆਦੇ ਨਿਕਲਦੇ ਆ ਬਾਕੀ ਜਿਹੜੇ 9 ਮਨთ ਵਾਲੇ ਪੇਪਰ ਆ ਉਹ ਆਰ ਕੇ ਤੇ ਚੇਂਜ ਹੋ ਜਾਂਦੇ ਆ ਜੇਕਰ ਤੁਸੀਂ ਚੇਂਜ ਕਰਾਉਣੇ ਹੋ ਤੇ ਠੀਕ ਹੈ ਇਹ ਕਿ ਤੁਹਾਨੂੰ ਮੇਨ ਗੱਲ ਹੋਰ ਦੱਸ ਦਵਾਂ ਮੈਂ ਕਿ ਜਦੋਂ ਤੁਸੀਂ ਪੇਪਰਾਂ ਦੀ ਗੱਲ ਕਰਨੀ ਆ ਪੇਪਰ ਭਰਉਣ ਦੀ ਕਿਸੇ ਵੀ ਏਜੰਟ ਹੋ ਗਿਆ ਕਾ ਤਾ ਦਾ ਰਿਸ਼ਤੇਦਾਰ ਹੋ ਗਿਆ ਕੋਈ ਵੀ ਬੰਦਾ ਹੋਇਆ ਤੁਸੀਂ ਉਸ ਨਾਲ ਇਹ ਗੱਲ ਜਰੂਰ ਕਰਨੀ ਆ ਕਿ ਜਿਹੜੇ ਪੇਪਰ ਆ ਉਪਰਨ ਤੋਂ ਬਾਅਦ ਨਿਕਲਣ ਤੋਂ ਬਾਅਦ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਮੈਂ ਇੱਥਲੀ ਪਹੁੰਚ ਗਿਆ ਮੈਂ ਪਹਿਲਾ ਕਾਰਡ ਮੈਨੂੰ ਤੁਸੀਂ ਦਿਵਾਉਣਾ ਵਾ ਪਹਿਲਾ ਕਾਰਡ ਮਤਲਬ ਕਿ ਜਿਹੜਾ ਇੱਕ ਕਾਰਡ ਹੁੰਦਾ ਵਾ ਉਹ ਮਿਲਦਾ ਜੇਕਰ ਤੁਸੀਂ ਨਵਾਂ ਮੰਥ ਵਾਲੇ ਪੇਪਰਾਂ ਦੇ ਆਣ ਕੇ ਜਿਹਦੇ ਮਾਲਕ ਦੇ ਰਾਹੀਂ ਤੁਸੀਂ ਆਏ ਹੋਗੇ ਉੱਥੇ ਕੰਮ ਕਰੋਗੇ ਤੁਹਾਨੂੰ ਉਹ ਮਾਲਕ ਹੀ ਕਾਰਡ ਦਿਵਾ ਸਕਦਾ ਵਾ ਨਾ ਅਦਰਵਾਈਜ਼ ਤੁਸੀਂ ਉਹ ਕਾਰਡ ਨਹੀਂ ਲੈ ਸਕਦੇ ਠੀਕ ਹੈ ਫਿਰ ਤੁਹਾਨੂੰ ਦੁਬਾਰਾ ਪੇਪਰ ਪਰਨੇ ਪੈਂਦੇ ਇਥੇ ਹਨ ਕਿ ਵੀ ਠੀਕ ਹੈ ਇਸ ਕਰਕੇ ਮੈਂ ਤੁਹਾਨੂੰ ਕਹਿ ਰਹਾ ਜਦੋਂ ਤੁਸੀਂ ਆਉਣਾ ਵਾ ਤੁਸੀਂ ਆਪਣੇ ਮਾਲਕ ਕੋਈ ਵੀ ਵੀਰ ਭਰਾ ਕੋਈ ਉਹਦਾ ਭੈਣ ਭਰਾ ਆ ਜਾਂ ਕੋਈ ਏਜੰਟ ਆ ਕਿਸੇ ਨਾਲ ਵੀ ਗੱਲ ਕਰਨੀ ਆ ਉਹਨਾਂ ਨਾਲ ਤੁਸੀਂ ਇਹ ਕਲੀਅਰ ਗੱਲ ਕਰਕੇ ਆਉਣੀ ਆ ਕਿ ਮੈਂ ਪਹਿਲਾ ਕਾਰਡ ਮੈਨੂੰ ਤੁਸੀਂ ਦਿਵਾਉਣਾ ਕਿਉਂਕਿ ਜੇਕਰ ਤੁਹਾਡੇ ਕੋਲ ਪਹਿਲਾ ਕਾਰਡ ਹੋਊਗਾ ਨਾ ਤੇ ਤੁਸੀਂ ਇਥੇ ਬਾਅਦ ਜਿਹੜੇ ਪੇਪਰ ਆ ਉਹ ਤੁਸੀਂ ਪੱਕੇ ਪੇਪਰਾਂ ਵਿੱਚ ਚੇਨ ਕਰਾ ਸਕਦੇ ਜੇ ਜੇਕਰ ਤੁਸੀਂ ਕੱਲੀ ਐਂਟਰੀ ਕਰਾ ਕੇ ਆਓਗੇ ਫਿਰ ਤੁਹਾਡੇ ਡਬਲ ਪੈ ਲੱਗਣੇ ਆ ਪਹਿਲਾਂ ਤੁਸੀਂ ਉੱਥੋਂ ਲਾ ਕੇ ਆਓਗੇ ਫਿਰ ਤੁਹਾਨੂੰ ਇੱਥੇ ਆਣ ਕੇ ਫਿਰ ਦੁਬਾਰਾ ਪੇਪਰ ਭਰਨੇ ਪੈਣੇ ਇੱਥੇ ਆਣ ਕੇ ਠੀਕ ਆ ਉਹ ਪ੍ਰੋਸੈਸ ਬਹੁਤ ਜ਼ਿਆਦਾ ਲੰਬਾ ਹੁੰਦਾ ਉਸ ਵਿੱਚ ਪੈਸੇ ਵੀ ਬਹੁਤ ਲੱਗਦੇ ਤੇ ਔਖਾ ਵੀ ਬਹੁਤ ਹੁੰਦਾ ਬੰਦਾ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਜਦੋਂ ਆਉਣਾ ਵਾ ਆਪਣੀ ਇੱਕ ਵਾਰੀ ਕਲੀਅਰ ਗੱਲ ਕਰਕੇ ਆਉਣੀ ਆ ਕਿ ਮੈਨੂੰ ਕਾਰਡ ਪਹਿਲਾਂ ਦਿਵਾਉਣਾ ਤੁਸੀਂ ਕਿਉਂਕਿ ਪਹਿਲਾ ਕਾਰਡ ਉਹ ਹੀ ਦਿਵਾ ਸਕਦਾ ਜਿਹਨੇ ਤੁਹਾਡਾ ਪੇਪਰ ਭਰੇ ਆ ਹੋਰ ਕੋਈ ਨਹੀਂ ਦਿਵਾ ਸਕਦਾ ਪਹਿਲਾ ਕਾਰਡ ਤੇ ਪਹਿਲਾ ਕਾਰਡ ਮਿਲਣ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਕੰਮ ਕਰ ਸਕਦੇ ਜੇ ਆਪਣਾ ਕਨੈਕਟ ਕਰਾ ਕੇ ਉਸ ਨਾਲ ਤੇ ਆਪਣੀ ਸੰਜੋਰ ਨੂੰ ਤੁਸੀਂ ਜਿਹੜੀ ਸੰਜੋਰ ਨੂੰ ਜਿਹੜਾ ਕਾਰਡ ਹੁੰਦਾ ਵਾ ਠੀਕ ਹੈ ਜਿਹੜਾ ਪੀਆਰ ਕਾਰਡ ਆ ਜਿਹਨੂੰ ਪੱਕਾ ਕਾਰਡ ਵੀ ਕਹਿਆ ਜਾਂਦਾ ਠੀਕ ਹੈ 9 ਮਹੀਨਾਵਲੇ ਤੋਂ ਬਾਅਦ ਜਿਹੜਾ ਚਾਹੀਓਂ ਇਹਦਾ ਵਾ ਸਾਲ ਵਾਲੇ ਪੇਪਰ ਦੇ ਵਿੱਚ ਠੀਕ ਹੈ ਤੇ ਜਦੋਂ ਸਾਲ ਵਾਲੇ ਪੇਪਰ ਹੋਣੇ ਫਿਰ ਤੁਸੀਂ ਜਿੱਥੇ ਮਰਜ਼ੀ ਕੰਮ ਕਰ ਸਕਦੇ ਆਪਣੀ ਮਰਜ਼ੀ ਦੇ ਨਾਲ ਜੇਕਰ ਤੁਹਾਡੇ ਕੋਲ ਕਾਰਡ ਹੋਵੇ ਠੀਕ ਹੈ ਇਹ ਜਿਹੜੀ ਮੇਨ ਚੀਜ਼ ਆ ਇਹਦੇ ਬਾਰੇ ਮੜਾਇਆ ਮੇਰੇ ਵੀਰ ਸਾਰੇ ਵੀਰ ਭਰਾ ਥੋੜਾ ਜਿਹਾ ਧਿਆਨ ਦਿਓ ਤੇ ਇਹ ਗੱਲ ਜਰੂਰ ਕਰਿਓ ਆਪਣੇ ਏਜੰਟਾਂ ਦੇ ਨਾਲ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਕਿ ਕਿਹੜੇ ਪਹਿਲਾਂ ਦੇ ਖਰਚਾ ਕਿੰਨਾ ਆਉਂਦਾ ਵੇ ਪੇਪਰਾਂ ਦੇ ਖਰਚਾ ਦਾ ਹਿਸਾਬ ਤਾਂ ਅੱਬ ਇਸ ਟੌਪਿਕ ਦੇ ਬਾਰੇ ਗੱਲ ਕਰਦੇ ਆ। ਲੋਬੀ ਖਰਚਾ ਤੇ ਹੁਣ ਏਜੰਟਾਂ ਨੇ ਆਪੋ ਆਪਣਾ ਬਣਾਇਆ ਕਈ 10 ਲੱਖ ਲਈ ਜਾਂਦੇ ਆ ਕਈ 12 ਲੱਖ ਕਈ 14 ਲੱਖ ਲਈ ਜਾਂਦੇ ਆ ਵੱਖੋ ਵੱਖਰਾ ਰੇਟ ਬਣਾਇਆ ਵਾ ਸਾਰੇ ਏਜੰਟਾਂ ਨੇ ਕੋਈ ਇੱਕ ਰੇਟ ਨਹੀਂ ਹੈਗਾ ਇਹ ਹੋ ਵੀ ਨਹੀਂ ਸਕਦਾ ਕਿਉਂਕਿ ਏਜੰਟਾਂ ਨੇ ਆਪੋ ਆਪਣੇ ਹਿਸਾਬ ਨਾਲ ਹੁੰਦਾ ਵਾ ਠੀਕ ਹੈ ਕਈ ਏਜੰਟ ਇਦਾਂ ਕਰਦੇ ਵਾ ਕਿ ਇਦਾਂ ਕਹਿੰਦੇ ਆ ਭਰਾਵਾਂ ਨੂੰ ਕਿ ਤੁਸੀਂ ਸਾਨੂੰ 8 ਲੱਖ ਰੁਪਏ ਦੋ ਤੇ ਸਾਡੀ ਕੋਈ ਗਾਰੰਟੀ ਨਹੀਂ ਪੇਪਰ ਕਢਾਉਂਦੀ ਠੀਕ ਆ ਜੇਕਰ ਤੁਸੀਂਾਨੂੰ 10 ਲੱਖ ਦੋ ਜਾਂ 12 ਲੱਖ ਦੋ ਆਡੀ ਫੁੱਲ ਗਾਰੰਟੀ ਹੈਗੀ ਪੇਪਰ ਕਢਾਵਾਂਗੇ ਅਸੀਂ ਠੀਕ ਆ ਵੀਰੇ ਇਦਾਂ ਦੀ ਵੀ ਕੋਈ ਗੱਲ ਨਹੀਂ ਹੁੰਦੀ ਜੇ ਐਵੇਂ ਇਦਾਂ ਵੀ ਫਸ ਨਾ ਜਾਇਓ ਕਿਉਂਕਿ ਇਹ ਉਹਨਾਂ ਨੇ ਪੈਸੇ ਹੀ ਕਢਾਉਣੇ ਆ ਤੁਹਾਡੇ ਕੋਲੋਂ ਠੀਕ ਆ ਪੇਪਰ ਜਿਹੜੇ ਆ ਉਹ ਕੋਈ ਵੀ ਏਜੰਟ ਹੋਵੇ ਜਿੱਡਾ ਮਰਜੀ ਤਕੜਾ ਏਜੰਟ ਹੋਵੇ ਕੋਈ ਵੀ ਹੋਵੇ ਪੇਪਰ ਨਹੀਂ ਉਹ ਕਢਾ ਸਕਦਾ ਠੀਕ ਆ ਪੇਪਰ ਆਟੋਮੈਟਿਕ ਹੀ ਨਿਕਲਨੇ ਆ ਜੇ ਨਿਕਲਨੇ ਆ ਨਿਕਲਨੇ ਆ ਜੇ ਨਹੀਂ ਨਿਕਲੇ ਤੇ ਨਹੀਂ ਨਿਕਲਨੇ ਠੀਕ ਹੈ ਇਹ ਵੀ ਗੱਲ ਥੋੜਾ ਵਜਾ ਕਿਉਂਕਿ ਮੈਨੂੰ ਵੀ ਹੈ ਕਿ ਵੀਰ ਭਰਾ ਦਾ ਇੰਸਟਾਗ੍ਰਾਮ ਤੇ ਮੈਸੇਜ ਆਇਆ ਸੀ ਉਹ ਵੀਰ ਮੈਨੂੰ ਆਖੁੰਦਾ ਹੈ ਕਿ ਉਹ ਏਜੰਟ ਆਖੁੰਦਾ ਜੇਕਰ ਤੁਸੀਂ ਪੇਪਰ ਭਰੋਗੇ 8 ਲੱਖ ਵਾਲੇ ਠੀਕ ਹੈ ਤੇ ਫਿਰ ਤੁਹਾਡੇ ਪੇਪਰ ਪਤਾ ਨਹੀਂ ਨਿਕਲਨੇ ਆ ਕਿ ਨਹੀਂ ਨਿਕਲਨੇ ਕੋਈ ਗਾਰੰਟੀ ਨਹੀਂ ਹੈਗੀ ਬਟ ਜੇਕਰ ਤੁਸੀਂ ਪੇਪਰ ਭਰੋਗੇ 10 ਲੱਖ ਵਾਲੇ ਠੀਕ ਹੈ ਫਿਰ ਤੁਹਾਡੀ ਫੁੱਲ ਗਾਰੰਟੀ ਹੈ ਕਿ ਪੇਪਰ ਜਿਹੜੇ ਨਿਕਲਨੇ ਨੇ ਕਰਨੇ ਤੇ ਵੀਰ ਭਰਾ ਕਹਿੰਦਾ ਕਿ ਚਲ ਹੁਣ ਜਿੱਥੇ 8 ਲੱਖ ਲਾਉਂਦੇ ਆ ਇੱਥੇ 2 ਲੱਖ ਰੁਪਈਆ ਆਪਾਂ ਹੋਰ ਲਾ ਦਈਏ ਤੇ ਜਿਹੜੇ ਪੇਪਰ ਆ ਉਹ ਕਢਾ ਕੇ ਦੇ ਆਪਾਂ ਚੱਲ ਜੀਏ ਠੀਕ ਹੈ ਉਹ ਪੇਪਰ ਤੁਹਾਡੇ 8 ਲੱਖ ਵਾਲੇ ਜਿਹੇ ਨਿਕਲ ਜਾਣੇ ਆ ਤੇ ਜੇ ਨਹੀਂ ਨਿਕਲਨੇ ਤੁਸੀਂ ਭਾਵੇਂ 10 ਲੱਖ ਦੀ ਵਜ੍ਹਾ ਆਪਾਂ 15 ਲੱਖ ਵਾਲੇ ਪੇਪਰ ਭਰੇ ਹੁਣ ਤਾਂ ਵੀ ਨਹੀਂ ਨਿਕਲਨੇ ਠੀਕ ਹੈ ਇਹ ਚੱਕਰ ਹੁੰਦਾ ਜੇ ਇਹਦਾ ਵੀਰਾ ਪਾਕੈਨੈਕ ਜਿਹੜਾ ਉਹ ਜਿਹੜਾ ਰੇਟ ਚੱਲ ਰਿਹਾ ਇਸ ਟਾਈਮ ਤੇ ਉਹ ਇਹੋ ਹੀ ਚੱਲ ਰਿਹਾ ਵਾ ਕਿ 8 ਲੱਖ ਤੋਂ ਸ਼ੁਰੂ ਹੋ ਜਾਂਦਾ ਵਾ 8 ਲੱਖ ਤੋਂ ਲੈ ਕੇ ਤੇ 15 ਲੱਖ ਤੱਕ ਰੁਪਇਆ ਰੇਟ ਚੱਲ ਰਿਹਾ ਵਾ ਕਈ ਜਿਹੜੇ ਏਜੰਟ ਆ ਉਹ ਲਈ ਜਾਂਦੇ ਆ 12 ਲੱਖ ਕਈ ਲਈ ਜਾਂਦੇ 10 ਲੱਖ ਕਈ 9 ਲੱਖ ਜੀ ਕੰਮ ਕਢਾ ਦਿੰਦੇ ਆ ਠੀਕ ਆ ਕਈ ਜਿਹੜੇ ਆ ਪਾ ਵਿੱਚ 14 ਲੱਖ ਵੱਖੋ ਵੱਖਰਾ ਰੇਟ ਆ ਕਿਸੇ ਦਾ ਕੋਈ ਉੰਜ ਰੇਟ ਨਹੀਂ ਹੈਗਾ ਜਿਹੜਾ ਉੰਜ ਆਪਾਂ ਵੇਖਿਆ ਜਾਵੇ ਕਿ ਉੰਜ ਪੈਸੇ ਥੋੜੇ ਹੀ ਲੱਗਦੇ ਆ ਬਾਕੀ ਏਜੰਟਾਂ ਨੂੰ ਤਾਂ ਪਤਾ ਬਚਾਉਣੇ ਹੁੰਦੇ ਆ ਏਜੰਟਾਂ ਨੂੰ ਵੀ ਪੇਪਰ ਭਰਨੇ ਹੁੰਦੇ ਆ ਸਾਰਾ ਕੁਝ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਲੈਣੀ ਹੁੰਦੀ ਹੈ ਸਾਰਾ ਕੁਝ ਇਹ ਕਰਕੇ ਪੈਸੇ ਲੈਂਦੇ ਆ ਜਿਹੜਾ ਇਹੋ ਹੀ ਆ 8 ਤੋਂ ਲੈ ਕੇ ਤੇ 10 12 ਦੇ ਵਿੱਚ ਜਿਹੜੇ ਪੇਪਰ ਆ ਉਹ ਭਰੇ ਜਾਣਗੇ ਇਸ ਵਾਰ ਠੀਕ ਹੈ ਜਿਆਦੇ ਜਿਹੜੇ ਪੇਪਰ ਭਰੇ ਜਾਣੇ ਉਹ 10 ਲੱਖ ਜਿਹੜੇ ਜਿਆਦੇ ਪੇਪਰ ਭਰੇ ਜਾਣਗੇ 10 ਲੱਖ ਦੇ ਹਿਸਾਬ ਨਾਲ ਪੇਪਰ ਭਰੇ ਜਾਣਗੇ ਠੀਕ ਹੈ ਕਿਉਂਕਿ ਇਹ 10 ਲੱਖ ਆ ਉਹ ਜੈ ਜੈ ਰੇਟ ਇੱਕ ਹਿਸਾਬ ਦਾ ਕਿਹਾ ਜਾ ਰਿਹਾ ਵਾ ਠੀਕ ਹੈ ਕਈ ਏਜੰਟ ਜਿਹੜੇ ਆ ਉਹ 12 12 15 15 ਲੱਖ ਵੀ ਲਈ ਜਾਂਦੇ ਆ ਕਈ ਜਿਹੜੇ ਆ ਉਹ ਜਿਹੜੇ ਥੋੜੇ ਜਿਹਾ ਚੰਗੇ ਆ ਉਹ ਭਾਵੇਂ 8 ਲੱਖ ਬਾਕੀ ਤੁਸੀਂ ਇਹਦਾ ਧਿਆਨ ਰੱਖਿਓ ਕਿ ਜੇ ਜੇ ਤੁਹਾਨੂੰ ਕੋਈ ਜੰਟਾ ਆਖ ਰਿਹਾ ਕਿ ਜੇਕਰ ਤੁਸੀਂ 8 ਲੱਖ ਵਾਲੇ ਪਰੋਦੇ ਤੁਹਾਨੂੰ ਪੇਪਰ ਨਹੀਂ ਨਿਕਲਣਗੇ ਜੇ ਕੋਈ ਚਾਂਸ ਨਹੀਂ ਹੈਗੇ ਕੋਈ ਗਾਰੰਟੀ ਨਹੀਂ ਹੈਗੀ ਆਡੀ ਜੇਕਰ ਤੁਸੀਂ 10 ਲੱਖ ਵਾਲੇ ਪਰੋਗੇ ਤੁਹਾਡੇ ਪੇਪਰ ਫੁੱਲ ਗਾਰੰਟੀ ਆ ਠੀਕ ਹੈ ਇਹਦਾ ਥੋੜਾ ਧਿਆਨ ਦਿਓ ਕੋਈ ਚੱਕਰ ਨਹੀਂ ਆ ਪਰ ਭਾਵੇਂ ਤੁਸੀਂ 8 ਲੱਖ ਵਾਲੇ ਪਰੋ ਜੇ ਨਿਕਲ ਨਹੀਂ ਆ ਤੁਹਾਡੇ 8 ਲੱਖ ਵਾਲੇ ਹੀ ਨਿਕਲ ਜਾਣੇ ਤੇ ਜੇ ਨਹੀਂ ਨਿਕਲਣੇ ਤੁਹਾਡੇ ਤੁਸੀਂ ਭਾਵੇਂ 20 ਲੱਖ 50 ਲੱਖ ਵਾਲੇ ਪੇਪਰ ਭੜੇ ਹੋਣ ਤੁਹਾਡੇ ਉਹ ਵੀ ਨਹੀਂ ਨਿਕਲਣੇ ਠੀਕ ਹੈ ਜੀ ਬਾਕੀ ਬੇਰਾ ਮੇਨ ਰੇਟ ਤੁਹਾਨੂੰ ਮੈਂ ਦੱਸ ਦਿੱਤਾ ਵਾ ਕਿ ਮੇਨ ਰੇਟ ਇੱਥੇ ਇਹੋ ਹੀ ਚੱਲ ਰਿਹਾ ਐ ਇਸ ਟਾਈਮ 8 ਲੱਖ ਤੋਂ ਲੈ ਕੇ ਤੇ 10 ਲੱਖ 12 ਲੱਖ ਇਹੋ ਚੱਲ ਰਿਹਾ ਰੇਟ ਠੀਕ ਐ ਮੈਂ ਕੋਈ ਜ਼ਿਆਦਾ ਰੇਟ ਨਹੀਂ ਐ ਇਹੋ ਹੀ ਆ ਬਸ ਰੇਟ ਇਸ ਤੋਂ ਬਾਅਦ ਵੱਧ ਨਹੀਂ ਜੇਕਰ ਤੁਹਾਨੂੰ ਕੋਈ ਕਹੇ ਨਾ 18 ਲੱਖ 20 ਲੱਖ ਉਹ ਤੇ ਕੰਮ ਜ਼ਿਆਦਾ ਗਲਤ ਹੋ ਜਾਂਦਾ ਵਾ 8 ਲੱਖ ਤੋਂ ਲੈ ਕੇ 12 13 ਲੱਖ ਤੱਕ 14 ਲੱਖ ਤੱਕ ਠੀਕ ਐ ਰੇਟ ਇਸ ਤੋਂ ਬਾਅਦ ਜਿਹੜਾ ਉਹ ਬਹੁਤ ਜ਼ਿਆਦਾ ਹੋ ਜਾਂਦਾ ਵਾ ਵੀ ਬਹੁਤ ਮੜ ਗਈ ਗਲਤ ਚੀਜ਼ ਐ ਜਿਹੜਾ ਮੇਨ ਰੇਟ ਉਹ ਹੋਇਆ 8 ਤੋਂ ਲੈ ਕੇ 14 ਲੱਖ ਦੇ ਵਿੱਚ ਵਿੱਚ ਠੀਕ ਐ ਜੀ ਲੋਬੀ ਉਮੀਦ ਕਰਦਾ ਤੁਹਾਨੂੰ ਮੋਰਵੇਸ਼ਾ ਪਤਾ ਲੱਗ ਹੀ ਗਈ ਹੋਊਗੀ ਵੀ ਕਿੰਨਾ ਕੇ ਰੇਟ ਵਾ ਤੇ ਪੇਪਰ ਜਿਹੜੇ ਭਰਨੇ ਆ ਉਸ ਤੋਂ ਪਹਿਲਾਂ ਮੈਂ ਕਿਹੜੀ ਗੱਲ ਕਰਨੀ ਆ ਇਹ ਗੱਲ ਜੂਰ ਵੀਰੇ ਵੀਰਪਰਾ ਕਰਕੇ ਆਇਆ ਕਿਉਂਕਿ ਕੱਲੀ ਐਂਟਰੀ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਐਂਟਰੀ ਕਰਾਉਣਾ ਤੁਸੀਂ ਉੱਥੋਂ ਹੀ 10 ਲੱਖ ਲਾ ਗਿਆ ਹੋਗੇ ਬਾਅਦ ਵਿੱਚ ਇੱਥੇ ਆਣ ਕੇ ਫਿਰ ਤੁਹਾਨੂੰ 5-6 ਲੱਖ ਲੱਗਣਗੇ ਕੀ ਫਾਇਦਾ ਤੁਹਾਡਾ ਬਾਅਦ ਵਿੱਚ ਠੀਕ ਆ ਇਸ ਕਰਕੇ ਮਾੜੀ ਜੀ ਤੁਹਾਡੇ ਜੇਕਰ ਤੁਹਾਨੂੰ ਉਹ ਕਾਰਡ ਦਿਵਾਉਣ ਕਰਕੇ ਤੁਹਾਨੂੰ ਮਿਲ ਕੇ ਲੱਖ ਰੁਪਏ ਤੋਂ ਵੱਧ ਰਹਿੰਦਾ ਉਹ ਤੁਸੀਂ ਲੱਖ ਸਗੋ ਲਾਓ ਉਹ ਤੁਹਾਡਾ ਫਾਇਦਾ ਹੋਊਗਾ ਠੀਕ ਆ ਲੋਭੀ ਮਿਲਦੇ ਆ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਉਹਨਾਂ ਚਲੇ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ ਤੇ ਬਾਏ ਬਾਏ ਜੀ